ਨਾ ਡਿਗਰੀ ਨਾ ਲਾਇਸੈਂਸ, ਫਿਰ ਵੀ ਚਲਾ ਰਿਹਾ ਸੀ ਮੈਡੀਕਲ। ਡਰੱਗ ਇੰਸਪੈਕਟਰ ਨੇ ਮਾਰਿਆ ਛਾਪਾ ਤਾਂ ਸ਼ੱਕੀ ਦਵਾਈਆਂ ਹੋਈਆਂ ਬਰਾਮਦ। ਤਾਂ ਦੱਸ ਦਈਏ ਕਿ ਸ਼ਖਸ ਦੇ ਵੱਲੋਂ ਬਾਜ਼ਾਰ ਦੇ ਵਿੱਚ ਬਿਨਾਂ ਕਿਸੇ ਡਿਗਰੀ ਅਤੇ ਲਾਇਸੈਂਸ ਤੋਂ ਮੈਡੀਕਲ ਦੀ ਦੁਕਾਨ ਚਲਾਈ ਜਾ ਰਹੀ ਸੀ, ਅਤੇ ਜਿਸ ਤੋਂ ਬਾਅਦ ਇਸ ਸੰਬੰਧੀ ਸੂਚਨਾ ਜਦ ਪੁਲਿਸ ਨੂੰ ਮਿਲਦੀ ਹੈ ਤਾਂ ਉਹਨਾਂ ਦੇ ਵੱਲੋਂ ਇਸ ਮੈਡੀਕਲ 'ਤੇ ਰੇਡ ਕੀਤੀ ਜਾਂਦੀ ਹੈ ਤਾਂ ਇਸ ਸੰਬੰਧੀ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਜਾਂਦਾ ਹੈ। ਤਾਂ ਦੱਸ ਦਈਏ ਕਿ ਡਰੱਗ ਇੰਸਪੈਕਟਰ ਅਤੇ ਪੁਲਿਸ ਦੇ ਵੱਲੋਂ ਇੱਥੇ ਛਾਪਾ ਮਾਰਿਆ ਜਾਂਦਾ ਹੈ, ਜਿਸ ਦੇ ਵਿੱਚ ਪੁਲਿਸ ਨੂੰ ਲਾਲ ਅਤੇ ਚਿੱਟੇ ਰੰਗ ਦੇ ਕੈਪਸੂਲ ਵੀ ਬਰਾਮਦ ਹੁੰਦੇ ਨੇ। ਤਾਂ ਦੱਸ ਦਈਏ ਕਿ ਮਾਮਲਾ ਅਬੋਹਰ ਤੋਂ ਸਾਹਮਣੇ ਆਇਆ, ਜਿੱਥੇ ਡਰੱਗ ਇੰਸਪੈਕਟਰ ਦੇ ਨਾਲ ਪੁਲਿਸ ਦੇ ਵੱਲੋਂ ਇੱਕ ਮੈਡੀਕਲ ਸ਼ਾਪ 'ਤੇ ਰੇਡ ਕੀਤੀ ਗਈ, ਜਿੱਥੇ ਪੁਲਿਸ ਨੂੰ ਲਾਲ ਰੰਗ ਦੇ 230 ਕੈਪਸੂਲ ਅਤੇ ਚਿੱਟੇ ਰੰਗ ਦੇ ਕਰੀਬ 300 ਕੈਪਸੂਲ ਮਿਲੇ। ਅਤੇ ਜਦ ਇਸ ਸੰਬੰਧੀ ਦੁਕਾਨਦਾਰ ਤੋਂ ਇਸ ਦੇ ਬਿੱਲ ਮੰਗੇ ਗਏ ਤਾਂ ਉਹ ਕੋਈ ਵੀ ਜਵਾਬ ਨਹੀਂ ਦੇ ਸਕਿਆ। ਇਸ ਤੋਂ ਇਲਾਵਾ ਉਸਨੇ ਕੋਈ ਮੈਡੀਕਲ ਦਾ ਲਾਇਸੈਂਸ ਵੀ ਪੇਸ਼ ਨਹੀਂ ਕੀਤਾ। ਤਾਂ ਪੁੱਛਗਿੱਛ ਦੇ ਵਿੱਚ ਪਤਾ ਲੱਗਿਆ ਕਿ ਦੁਕਾਨਦਾਰ ਮਨੀਸ਼ ਬਿਨਾਂ ਕਿਸੇ ਲਾਇਸੈਂਸ ਤੋਂ ਹੀ ਪ੍ਰੈਕਟਿਸ ਕਰ ਰਿਹਾ ਸੀ ਅਤੇ ਮੁਹੱਲੇ ਦੇ ਵਿੱਚ ਖੁਦ ਨੂੰ ਡਾਕਟਰ ਦੱਸ ਕੇ ਲੋਕਾਂ ਨੂੰ ਬਿਨਾਂ ਕਿਸੇ ਜਾਣਕਾਰੀ ਤੋਂ ਦਵਾਈਆਂ ਦੇ ਕੇ ਉਹਨਾਂ ਦੀ ਸਿਹਤ ਦੇ ਨਾਲ ਖਿਲਵਾੜ ਕਰ ਰਿਹਾ ਸੀ। ਜਿਸ ਤੋਂ ਬਾਅਦ ਜਦੋਂ ਪੁਲਿਸ ਨੂੰ ਇਸ ਸੰਬੰਧੀ ਸੂਚਨਾ ਮਿਲੀ ਤਾਂ ਉਹਨਾਂ ਦੇ ਵੱਲੋਂ ਰੇਡ ਕੀਤੀ ਜਾਂਦੀ ਹੈ ਅਤੇ ਸ਼ੱਕੀ ਦਵਾਈਆਂ ਬਰਾਮਦ ਕੀਤੀਆਂ ਜਾਂਦੀਆਂ ਨੇ। ਤਾਂ ਪੁਲਿਸ ਨੂੰ ਸ਼ੱਕ ਹੈ ਕਿ ਇਹ ਨਸ਼ੇ ਦੀਆਂ ਗੋਲੀਆਂ ਨੇ। ਫਿਲਹਾਲ ਪੁਲਿਸ ਇਸ ਸੰਬੰਧੀ ਜਾਂਚ ਕਰ ਰਹੀ ਹੈ, ਪਰ ਉਸਦੇ ਵੱਲੋਂ ਕੋਈ ਵੀ ਮੈਡੀਕਲ ਦਾ ਸਰਟੀਫਿਕੇਟ ਵੀ ਨਹੀਂ ਪੇਸ਼ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਉਸ ਸ਼ਖਸ ਨੂੰ ਕਾਬੂ ਕਰ ਲਿਆ ਗਿਆ। ਸ਼੍ਰੀ ਅਰੁਣ ਮੁੰਡਲ ਡੀ ਐੱਸ ਪੀ ਸਿਟੀ ਅਬੋਹਰ ਦੀ ਅਗਵਾਈ 'ਚ ਕੱਲ੍ਹ ਅਸੀਂ ਡਰੱਗ ਇੰਸਪੈਕਟਰ ਅਤੇ ਸਿਟੀ 2 ਪੁਲਿਸ ਵੱਲੋਂ ਜੁਆਇੰਟ ਰੇਡ ਕੀਤੀ ਗਈ ਸੀ, ਜਿਸ 'ਚ ਇੱਕ ਮੈਡੀਕਲ ਜਿਹੜਾ ਹੈ ਅਵਰ ਮੈਡੀਕਲ ਨਾਂ ਦਾ ਜਿਹੜਾ ਮੈਡੀਕਲ ਸੀਗਾ ਨਈਬਾਦੀ ਏਰੀਏ ਦੇ ਵਿੱਚ ਉਹ ਚਲਾ ਰਿਹਾ ਸੀ, ਜਿਸ 'ਤੇ ਜਾ ਕੇ ਚੈਕਿੰਗ ਕੀਤੀ ਗਈ, ਜਿਸ ਵੱਲੋਂ ਚੈਕਿੰਗ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਹਦੇ ਕੋਲ ਕੋਈ ਵੀ ਇਸ ਸੰਬੰਧੀ ਪ੍ਰੈਕਟਿਸ ਕਰਨ ਸੰਬੰਧੀ ਕੋਈ ਲਾਇਸੈਂਸ ਜਾਂ ਕੋਈ ਵੀ ਡਿਗਰੀ ਉਹਦੇ ਕੋਲ ਨਹੀਂ ਸੀ। ਇਸ ਸੰਬੰਧੀ ਅਸੀਂ ਉਹਦਾ ਮੈਡੀਕਲ ਸੀਲ ਕਰਕੇ ਉਸ 'ਤੇ 420 ਆਈ ਪੀ ਸੀ, ਜਿਹੜਾ ਮਨੀਸ਼ ਉਰਫ ਬੰਟੀ ਨਾਂ ਦਾ ਹੁੰਦਾ, ਇਸ 'ਤੇ 420 ਆਈ ਪੀ ਸੀ ਅਤੇ 15 ਇੰਡੀਅਨ ਮੈਡੀਕਲ ਕੌਂਸਲ ਐਕਟ ਦਾ FIR ਦਰਜ ਕਰਕੇ ਚਾਰਜ ਸ਼ੁਰੂ ਕਰ ਦਿੱਤੀ। ਉਸ 'ਚ ਇਹਨਾਂ ਦੀ ਗ੍ਰਿਫਤਾਰੀ ਹੋ ਗਈ, ਅੱਜ ਅਸੀਂ ਇਹਨਾਂ ਨੂੰ ਕੋਰਟ 'ਚ ਪੇਸ਼ ਕਰ ਰਹੇ। ਇਸ ਵਾਰੀ ਅਸੀਂ ਤਫਤੀਸ਼ ਕਰ ਰਹੇ ਹਾਂ ਵੀ ਇਹਦਾ ਸੋਰਸਿਸ ਕੀ ਹੈ, ਕਿੱਥੋਂ ਇਹ ਮੈਡੀਕਲ ਸਪਲਾਈ ਆਉਂਦੀ ਹੈ ਅਤੇ ਕਿਵੇਂ ਇਹ ਚੱਲ ਰਿਹਾ। ਹੋਰ ਵੀ ਜਿਹੜੇ ਸ਼ਹਿਰ 'ਚ ਹੈਗੇ ਅਸੀਂ ਇਹ ਕੰਟੀਨਿਊ ਰੱਖਾਂਗੇ, ਜਿਹੜੇ ਵੀ ਅਨਲਾਈਸੈਂਸ ਹੋਲਡਰ ਹੈਗੇ ਆ ਜਾਂ ਕੋਈ ਵੀ ਜਿਹੜੇ ਲਾਇਸੈਂਸਡ ਵੀ ਹੈਗੇ ਆ, ਕੋਈ ਵੀ ਇੱਦਾਂ ਦੀ ਇਲੀਗਲ ਡਰੱਗ ਹੈ ਜਿਹੜੀ ਕਿਸੇ ਤਰ੍ਹਾਂ ਦੀ ਕੋਈ ਇਹੋ ਜਿਹੀ ਸੇਲ ਨਾ ਹੋ ਸਕੇ। ਅੱਜ ਇਹਨਾਂ ਕੋਲੋਂ ਸਾਨੂੰ ਲੂਜ਼ ਕੈਪਸੂਲਸ ਜਿਹੜੇ ਹੈਗੇ ਆ ਉਹ ਬਰਾਮਦ ਹੋਏ ਆ, 530 ਦੇ ਕੈਪਸੂਲਸ ਜਿਹੜੇ ਹੈਗੇ ਉਹਨਾਂ ਨੂੰ ਅਸੀਂ ਲੈਬ ਦੇ ਵਿੱਚ ਭੇਜਾਂਗੇ। ਜੇ ਕੋਈ ਇਹੋ ਜਿਹੀ ਕੋਈ NDPS ਜਾਂ ਉਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਆਉਂਦੀ ਤਾਂ ਉਸ 'ਚ ਵਾਧਾ ਵੀ ਕੀਤਾ ਜਾਵੇ।